ਨਿਊਯਾਰਕ ਦੇ ਵਿੱਚ ਇਹੋ ਜਿਹਾ ਹੋਟਲ ਆ ਜਿਹਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਰੱਖਿਆ ਜਾਂਦਾ ਤੇ ਸਰਕਾਰ ਪੈਸੇ ਦਿੰਦੀ ਆ ਜੀ ਤੇ ਸਰਕਾਰ ਪੈਸੇ ਦਿੰਦੀ ਆ ਪਾਕਿਸਤਾਨ ਨੂੰ ਹੋਟਲ ਹੈਗਾ ਨਿਊਯਾਰਕ ਦੇ ਵਿੱਚ ਪੈਸਾ ਪਾਕਿਸਤਾਨ ਨੂੰ ਕਿਉਂ ਜਾਂਦਾ ਜੀ ਹਾਂਜੀ ਬ੍ਰਾਡਰ ਸਾਹਿਬ ਰੀਸੈਂਟਲੀ ਰਿਪੋਰਟਾਂ ਆਈਆਂ ਕਿ ਵਿਵੇਕ ਰਾਮਾ ਸੁਆਮੀ ਹੋਰੀ ਜਿਨ੍ਹਾਂ ਨੂੰ ਕਿ ਡੋਜ ਡਿਪਾਰਟਮੈਂਟ ਦਿੱਤਾ ਗਿਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਉਹਨਾਂ ਦਾ ਕੰਮ ਹੀ ਇਹ ਸੀਗਾ ਕਿ ਜਿਹੜੇ ਫਾਲਤੂ ਦੇ ਵੇਸਟਫੁੱਲ ਐਕਸਪੈਂਸਸ ਹੈਗੇ ਆ ਉਹਨਾਂ ਨੂੰ ਦੇਖ ਕੇ ਪੜਤਾਲ ਕੇ ਤੇ ਉਹਨਾਂ ਦੇ ਉੱਤੇ ਕਾਟਾ ਮਾਰਿਆ ਜਾਵੇ ਸੋ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਚੀਜ਼ ਆਈ ਹੈ ਨਿਊਯਾਰਕ ਸਿਟੀ ਦੇ ਵੱਲੋਂ ਹਰ ਸਾਲ ਇੱਕ ਬਹੁਤ ਵੱਡਾ ਅਮਾਉਂਟ ਮਿਲੀਅਨਸ ਦੇ ਵਿੱਚ ਅਮਾਉਂਟ ਆ ਜਿਹੜਾ ਪਾਕਿਸਤਾਨ ਦੇ ਗਵਰਨਰ ਨੂੰ ਪੇ ਕੀਤਾ ਜਾਂਦਾ ਇੱਕ ਹੋਟਲ ਦੇ ਲਈ ਉਹ ਹੋਟਲ ਬਰਾਟਸਪ ਜਿਹੜਾ ਜਿਹੜਾ ਇਸ ਵੇਲੇ ਪਨਾਹਗਾਹ ਬਣਿਆ ਹੋਇਆ ਆ ਇਲੀਗਲ ਇਮੀਗ੍ਰੈਂਟਸ ਦੇ ਲਈ ਸੋ ਖਬਰ ਇਹ ਆਈ ਹੈ ਕਿ ਸਿਟੀ ਆਫ ਨਿਊਯਾਰਕ ਹਰ ਸਾਲ 220 ਮਿਲੀਅਨ ਯੂ ਐਸ ਡਾਲਰ ਪੇ ਕਰਦੀ ਹੈ ਹਾਟਲ ਜਿਹੜਾ ਓਨਡ ਕੀਤਾ ਜਾ ਰਿਹਾ ਗਵਰਨਮੈਂਟ ਆਫ ਪਾਕਿਸਤਾਨ ਦੇ ਵੱਲੋਂ ਇਹਦੇ ਨਾਲ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਂਦਾ ਹੈ ਵਿਵੇਕ ਰਾਮਾ ਸੁਆਮੀ ਹੋਰਾਂ ਨੇ ਸੈਟਰਡੇ ਨੂੰ ਸਾਰੀ ਜਿਹੜੀ ਘਟਨਾ ਕਰਾਮੀਆਂ ਇਹ ਐਕਸਪਲੇਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਤਾਂ ਸਿੱਧੇ ਸਿੱਧੇ ਤੌਰ ਤੇ ਟੈਕਸ ਪੇਅਰ ਦਾ ਪੈਸਾ ਲੈ ਕੇ ਜਿਹੜਾ ਹੈਗਾ ਆ ਉਹ ਗਵੰਡੀ ਮੁਲਕ ਨੂੰ ਦਿੱਤਾ ਜਾਂਦਾ ਜਾਂ ਦੂਜੇ ਮੁਲਕ ਨੂੰ ਦਿੱਤਾ ਜਾਂਦਾ ਤਾਂ ਕਿ ਦੂਜੇ ਮੁਲਕਾਂ ਤੋਂ ਆਏ ਲੋਕਾਂ ਨੂੰ ਜਿਹੜੀ ਹੈ ਪਣਾ ਮਿਲ ਸਕੇ ਇਹਨਾਂ ਨੇ ਬ੍ਰਾਡਸਾਪ ਇੱਕ ਇਹਦੇ ਲਈ ਵਰਡ ਯੂਜ਼ ਕੀਤਾ ਜਿਹੜਾ ਆਪਾਂ ਨੂੰ ਮੈਨੂੰ ਲੱਗਦਾ ਕਿ ਨਹੀਂ ਵਰਤਣਾ ਚਾਹੀਦਾ ਸਿੱਧੇ ਸਿੱਧੇ ਤੌਰ ਤੇ ਉਹ ਵਰਡ ਤੋਂ ਇਹਨਾਂ ਦੀ ਨਾਰਾਜ਼ਗੀ ਦਾ ਪਤਾ ਲੱਗ ਰਿਹਾ ਹੈ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿੱਡਾ ਵੱਡਾ ਇਹ ਕਪਲਾਇਆ ਟੈਕਸਪੀਅਰ ਦੇ ਨਾਲ ਕਿੱਡਾ ਵੱਡਾ ਇਹ ਫਰਾਡ ਕੀਤਾ ਜਾ ਰਿਹਾ ਹੈ ਇਹ ਬ੍ਰਾਡਸਾਪ ਜਿਹੜਾ ਹੋਟਲ ਹੈਗਾ ਜੀ ਇਹ ਪਾਕਿਸਤਾਨ ਦੀ ਜਿਹੜੀ 에ਅਰਲਾਈਨ ਹੈਗੀ ਆ ਉਹਨਾਂ ਦੇ ਵੱਲੋਂ ਓਨ ਕੀਤਾ ਜਾਂਦਾ ਹੈ ਇਹ ਪਤਾ ਲੱਗਿਆ ਕਿ 2020 ਤੱਕ ਇਹ ਜਿਹੜਾ ਹੋਟਲ ਆ ਇਹ ਮੰਦੀ ਹਾਲਤ ਦੇ ਵਿੱਚ ਸੀਗਾ ਇਹ ਇਨੀ ਕਮੰਦੀ ਹਾਲਤ ਦੇ ਵਿੱਚ ਸੀਗਾ ਕਿ ਇਹ ਦੀ ਰੈਨੋਵੇਸ਼ਨ ਦੇ ਲਈ ਵੀ ਉਥੋਂ ਦੀ ਗਵਰਨਮੈਂਟ ਇਹਦੇ ਬਾਰੇ ਸੋਚ ਨਹੀਂ ਸੀ ਰਹੀ ਐਸੀ ਹਾਲਤ ਸੀ ਪਰ ਉਸ ਤੋਂ ਬਾਅਦ ਜਦੋਂ ਲਗਾਤਾਰ ਮਾਈਗ੍ਰੇਸ਼ਨ ਵਧਣ ਲੱਗਿਆ ਤਾਂ ਇੱਕ ਵੱਡੀ ਡੀਲ ਹੋਈ ਡੀਲ ਇਸ ਕਰਕੇ ਹੋਈ ਕਿਉਂਕਿ IMF ਨੇ ਇੱਕ ਵੱਡਾ ਜਿਹੜਾ ਬੇਲ ਆਊਟ ਪੈਕੇਜ ਆ ਪਾਕਿਸਤਾਨ ਨੂੰ ਦੇ ਰੱਖਿਆ ਤਾਂ ਉਹਦੇ ਬਦਲੇ ਵਿੱਚ ਪਾਕਿਸਤਾਨ ਦੇ ਨਾਲ ਜਿਹੜੀ ਬਿਲੀਅਨ ਦਾ ਜਿਹੜਾ ਅਮਾਊਂਟ ਹੈ ਪਾਕਿਸਤਾਨ ਨੇ ਲਿਆ ਤੇ ਇੱਕ ਤਰੀਕੇ ਨਾਲ ਉਹਦੀਆਂ ਕਿਸ਼ਤਾਂ ਉਤਾਰ ਰਿਹਾ ਨਿਊਯਾਰਕ ਤੋਂ ਪੈਸੇ ਲੈ ਕੇ ਸੋ 220 ਮਿਲੀਅਨ ਜਿਹੜਾ ਰੈਂਟ ਹੈ ਉਹ ਇਸ ਇੰਟਾਇਰ ਰੂਜ਼ਵੈਲਟ ਹੋਟਲ ਜਿਹੜਾ ਹੈਗਾ ਮੈਨਹੈਟਨ ਨਿਊਯਾਰਕ ਸਿਟੀ ਦੇ ਵਿੱਚ ਉਹਦੇ ਲਈ ਪੇ ਕੀਤਾ ਜਾਂਦਾ ਜੀ ਸੋ ਉਹਦੇ ਉੱਤੇ ਸਖਤ ਨੋਟਿਸ ਲੈਂਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਹਾਣੀ ਆ ਹੁਣ ਅਸੀਂ ਜਲਦੀ ਖਤਮ ਕਰਾਂਗੇ ਇਸ ਤਰੀਕੇ ਦਾ ਜਿਹੜਾ ਨਜਾਮ ਆ ਹੋਰ ਵੀ ਕਿਤੇ ਜਿਹੜਾ ਆਇਡੈਂਟੀਫਾਈ ਕਰਕੇ ਰੈਕਟੀਫਾਈ ਕਰਕੇ ਉਹ ਉੱਤੇ ਕੱਟ ਲਾਏ ਜਾਣਗੇ ਤਾਂ ਕਿ ਜਿਹੜਾ ਟੈਕਸਪੇਅਰ ਹੈ ਉਹਦੀ ਜੇਬ ਤੇ ਡਾਕਾ ਨਾ ਪਵੇ ਜੀ ਬਰਾਤ ਸਾਹਿਬ ਬਿਲਕੁਲ ਜੀ ਟੈਕਸਪੇਅਰ ਦੀ ਜੇਬ ਤੇ ਡਾਕਾ ਵੀ ਨਾ ਪਵੇ ਦੂਜੀ ਗੱਲ ਇਹ ਆ ਵੀ ਇਹ ਇਸ ਤਰ੍ਹਾਂ ਅਜੇ ਤੱਕ ਬਣੇ ਹੈ ਨਹੀਂ ਸਰਕਾਰ ਦੇ ਵਿੱਚ ਕਾਰਵਾਈਆਂ ਪਹਿਲਾਂ ਹੀ ਸ਼ੁਰੂ ਕਰਨੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਜੇਦੋ ਸਰਕਾਰ ਦੇ ਵਿੱਚ ਆਏ ਤਾਂ ਵੜਨਾ ਕੀ ਹੈ ਦੂਜੀ ਗੱਲ ਇਹ ਆ ਵੀ ਭਾਈ ਅੱਖਾਂ ਹੀ ਮੀਚ ਕੇ ਬੈਠੇ ਰਹੇ ਡੈਮੋਕ੍ਰੇਟਸ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਘਾਟਾ ਜਿਹੜਾ ਪੈ ਰਿਹਾ ਲੋਕਾਂ ਦੀ ਜੇਬ ਤੇ ਖਰਚਾ ਪੈ ਰਿਹਾ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਉਹਨਾਂ ਨੂੰ ਬਲੱਟਸ ਪਹਿਲਾਂ ਜਿਵੇਂ ਤੁਸੀਂ ਪਹਿਲੀ ਗੱਲ ਕਹੀ ਕਿ ਅਜੇ ਤੱਕ ਆਏ ਹੈ ਨਹੀਂਗੇ ਸੋ ਬਹੁਤ ਸਾਰੀਆਂ ਚੀਜ਼ਾਂ ਇੱਕ ਦੋ ਨਹੀਂ ਕੱਲ-ਕੱਲ ਦੇ ਵਿੱਚ ਜਾਂ ਇਸ ਵੀਕਐਂਡ ਦੇ ਉੱਤੇ ਕਈ ਐਸੀਆਂ ਟਿੱਪਣੀਆਂ ਆਈਆਂ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਪੱਗੇ ਵੀ ਦੋ ਖਬਰਾਂ ਕਰਦੀਆਂ ਜਿਹਦੇ ਵਿੱਚ ਸਾਫ਼ ਤੌਰ ਤੇ ਲੱਗ ਰਿਹਾ ਕਿ ਬੜਾ ਕਲੀਅਰ ਮੈਸੇਜ ਆ ਕਿ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀਗੇ ਜਾਂ ਜਿਹੜੀਆਂ ਹੋਪਸ ਆਮ ਵੋਟਰਸ ਦੇ ਮਾਈਂਡ ਵਿੱਚ ਸੀਗੀਆਂ ਉਹਨਾਂ ਸਾਰੀਆਂ ਹੋਪਸ ਦੇ ਉੱਤੇ ਕੰਮ ਕਰਨਗੇ ਜਿਸ ਤਰੀਕੇ ਦੀ ਬਿਆਨਬਾਜ਼ੀ ਜਾਂ ਜਿਸ ਤਰੀਕੇ ਦਾ ਗਰਾਊਂਡ ਬਣਾਉਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਸੋ ਇੱਕ ਗੱਲ ਤਾਂ ਇਹ ਹੋ ਗਈ ਦੂਸਰੀ ਗੱਲ ਡੈਮੋਕ੍ਰੇਟਸ ਬਰੱਡਸਬ ਉਹਨਾਂ ਦੇ ਲਈ ਹੋਰ ਕਈ ਕਿਸਮ ਦੀਆਂ ਔਰਿਜినਲ ਸੀਗੀਆਂ ਦੂਜੀ ਗੱਲ ਇਹ ਹੈ ਕਿ ਜੇ ਉਹ ਧਿਆਨ ਦਿੱਤਾ ਹੁੰਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਸ਼ਾਇਦ ਜਿਸ ਤਰੀਕੇ ਨਾਲ ਉਹ ਡੀਫੀਟ ਹੋਏ ਨਾ ਹੁੰਦੇ ਸੋ ਇਹੀ ਹੈ ਜੀ ਜਦੋਂ ਲੋਕਾਂ ਦਾ ਧਿਆਨ ਰੱਖੀਏ ਲੋਕ ਬਦਲੇ ਦੇ ਵਿੱਚ ਧਿਆਨ ਰੱਖਦੇ ਇੱਕ ਚੀਜ਼ ਜਿਹੜੀ ਆਪਾਂ ਐਡ ਕਰਨੀ ਭੁੱਲ ਗਏ ਕਿ ਇਹ ਕੋਈ ਸਿੰਪਲ ਸਧਾਰਨ ਛੋਟਾ ਜਿਹਾ ਹੋਟਲ ਨਹੀਂ ਹੈ ਇਹ 19 ਮੰਜ਼ਲਾ ਇੱਕ ਹੋਟਲ ਹੈ ਜਿਹੜਾ ਨਿਊਯਾਰਕ ਸਿਟੀ ਦੇ ਵੱਲੋਂ ਰੈਂਟ ਤੇ ਲਿਆ ਗਿਆ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 1200 ਤੋਂ ਵੱਧ ਕਮਰੇ ਹੈਗੇ ਆ ਜੀ ਬਿਲਕੁਲ ਜੀ 1200 ਤੋਂ ਵੱਧ ਕਮਰੇ ਵੀ ਹੈਗੇ ਆ ਦੂਜੀ ਗੱਲ ਇਹ ਆ ਵੀ ਇੰਨਾ ਚਿਰ ਜਦੋਂ ਪੈਸਾ ਦਿੰਦੇ ਰਹੇ ਤੇ ਬਾਅਦ ਦੇ ਵਿੱਚ ਡੈਮੋਕ੍ਰੇਟਸ ਨੇ ਬੋਲੇ ਵੀ ਅਸੀਂ ਪੈਸਾ ਦਿੰਦੇ ਸੀ ਜਾਂ ਪਾਕਿਸਤਾਨ ਵਾਲਿਆਂ ਨੂੰ ਸੇਕ ਨਹੀਂ ਲੱਗਣਾ ਬਿਲਕੁਲ ਬੱਟਸਪ ਦੇਖੋ ਜਿਹੜੀ ਡੀਲ ਹੋਈ ਹੈ ਫਿਰ ਉਹਦੇ ਵਿੱਚ ਤਾਂ ਕੋਈ ਨਾ ਕੋਈ ਸੁਧਾਰ ਬਦਲਾਵ ਕਰਨੇ ਪੈਣਗੇ ਕਿਉਂਕਿ ਇਹ ਤਾਂ ਇੱਕ ਗਵਰਨਮੈਂਟ ਦੀ ਦੂਜੀ ਗਵਰਨਮੈਂਟ ਦੇ ਨਾਲ ਡੀਲ ਹੈਗੀ ਹੈ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਜਿਹੜੇ ਸ਼ੈਲਟਰ ਹੋਮਸ ਆ ਇਹ ਕੋਈ ਇੱਕ ਦੋ ਨਹੀਂ ਖਾਸ ਤੌਰ ਤੇ ਜਿਹੜੀਆਂ ਸੈਂਕਚਰੀ ਸਿਟੀਜ਼ ਆ ਉਹਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹੋ ਜਿਹੇ ਹੋਟਲਸ ਜਿਹੜੇ ਰੈਂਟ ਕੀਤੇ ਜਾਂਦੇ ਆ ਗਵਰਨਮੈਂਟਸ ਦੇ ਵੱਲੋਂ ਤਾਂ ਕਿ ਜਿਹੜੇ ਇਲੈਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਜਾ ਸਕੇ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇਹਨਾਂ ਦੀ ਵਜ੍ਹਾ ਕਰਕੇ ਦਿੱਕਤਾਂ ਨਾ ਆਉਣ ਹੋਮਲੈਸ ਇਨ ਕੈਂਪਮੈਂਟਸ ਆ ਜਿਹੜੀਆਂ ਜਾਂ ਇਸ ਤਰੀਕੇ ਦੇ ਜਿਹੜੇ ਇਲੈਗਲ ਇਮੀਗ੍ਰੈਂਟਸ ਆ ਉਹ ਸੜਕਾਂ ਦੇ ਉੱਤੇ ਨਾ ਦੇਖਣ ਜੀ ਬਰਾਤ ਸਾਹਿਬ